ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵਾਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਅੱਜ 12 ਅਗਸਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰਾਂ ਕਿ ਸਵੇਰ ਤੋਂ ਲੈ ਕੇ ਕੀ ਮੌਸਮ ਦੀਆਂ ਗਤੀਵਿਧੀਆਂ ਨੇ ਕਿਹੜੇ ਹਿੱਸਿਆਂ ਵਿੱਚ ਅੱਜ ਮੌਸਮ ਸਾਫ਼ ਤੇ ਕਿਹੜੇ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਸੋ ਪਹਿਲਾਂ ਗੱਲ ਕਰੀਏ ਸਵੇਰ ਤੋਂ ਦੁਪਹਿਰ ਪੰਜਾਬ ਦਾ ਮੌਸਮ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਰਹੂਗਾ 11-12 ਵਜੇ ਦੇ ਆਸ-ਪਾਸ ਤੱਕ ਮੀਂਹ ਦੇ आसार ਘੱਟ ਨੇ ਬੱਦਲਬਾਹੀ ਵੀ ਲਗਭਗ ਕੁਝ ਹਿੱਸਿਆਂ ਵਿੱਚ ਹੀ ਹਲਕੀ ਫੁਲਕੀ ਰਹੂਗੀ ਜ਼ਿਆਦਾਤਰ ਹਿੱਸਿਆਂ ਵਿੱਚ ਚੰਗੀ ਧੁੱਪ ਸਵੇਰ ਤੋਂ ਦੇਖਣ ਨੂੰ ਮਿਲੇਗੀ ਹਵਾਵਾਂ ਦੀ ਗੱਲ ਕਰੀ ਤਾਂ ਹਵਾਵਾਂ ਦੱਖਣ ਪੂਰਬ ਦਿਸ਼ਾ ਤੋਂ ਵਗਣਗੀਆਂ ਕੁਝ ਦੱਖਣ ਪੱਛਮੀ ਹਵਾਵਾਂ ਦਾ ਰੁਖ ਵੀ ਕਈ ਹਿੱਸਿਆਂ ਦੇ ਵਿੱਚ ਦਿਖਣ ਨੂੰ ਮਿਲੇਗਾ ਤੇ ਉਸ ਤੋਂ ਬਾਅਦ ਗੱਲ ਕਰੀਏ ਦੁਪਹਿਰ ਦੇ ਆਸ-ਪਾਸ ਤੋਂ ਸ਼ਾਮ ਤੱਕ ਪੰਜਾਬ ਦਾ ਜਿਹੜਾ ਕੁਝ ਪੂਰਬੀ ਖੇਤਰ ਤੇ ਉੱਤਰੀ ਖੇਤਰ ਪ੍ਰਭਾਵਿਤ ਹੋ ਸਕਦੇ ਨੇ ਬੱਦਲਵਾਈ ਦੇ ਨਾਲ ਕਿਉਂਕਿ ਹਾਲੇ ਵੀ ਜਿਹੜਾ ਇੱਕ ਉੱਤਰੀ ਭਾਗ ਦੇ ਵਿੱਚ ਆਪਣੇ ਭਾਰਤ ਦੇ ਜਿਹੜਾ ਉੱਤਰੀ ਹਿੱਸਾ ਪੈ ਜਾਂਦਾ ਪਹਾੜੀ ਇਲਾਕੇ ਹੁੰਦਾ ਉਸ ਇਲਾਕਿਆਂ ਦੇ ਉਚਾਈ ਦੇ ਵਿੱਚ ਜਿਹੜਾ ਇੱਕ ਚੱਕਰਵਾਤੀ ਹਵਾਵਾਂ ਦਾ ਜਿਹੜਾ ਕਿ ਸਿਸਟਮ ਉਹ ਬਣਿਆ ਹੋਇਆ ਸੋ ਜਿਹਦੇ ਚੱਲਦੇ ਕੁਝ ਟੁੱਟਵੀਂ ਬੱਦਲ ਬਾਈ ਪੰਜਾਬ ਦੇ ਪੂਰਬ ਤੋਂ ਲੈ ਕੇ ਉੱਤਰੀ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੇ ਜਿਦੇ ਵਿੱਚ ਪਟਿਆਲਾ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਸਾਈਡ ਇਲਾਕੇ ਹੋਗੇ ਤੇ ਆਪਣੇ ਬਾਕੀ ਭਾਗ ਹੋਗੇ ਨਵਾਂ ਸ਼ਹਿਰ ਦੇ ਆਸ-ਪਾਸ ਦੇ ਹੁਸ਼ਿਆਰਪੁਰ ਕਪੂਰਬ ਨੇ ਕੁਝ ਭਾਗ ਕਪੂਰਥਲਾ ਜਲੰਧਰ ਦੇ ਤੇ ਲੁਧਿਆਣਾ ਜ਼ਿਲ੍ਹੇ ਦੇ ਪੂਰਬੀ ਹਿੱਸ ਬਾਕੀ ਰਹਿੰਦੇ ਇਲਾਕੇ ਪਠਾਨਕੋਟ ਤੇ ਗੁਰਦਾਸਪੁਰ ਦੇ ਸੋ ਇਨਾਂ ਇਲਾਕਿਆਂ ਦੇ ਵਿੱਚ ਦੁਪਹਿਰ ਤੋਂ ਸ਼ਾਮ ਤੱਕ ਟੁੱਟਵੇਂ ਰੂਪ ਵਿੱਚ ਮੀਂਹ ਦੀਆਂ ਗਤੀਵਿਧੀਆਂ ਪੈਚੀ ਰੂਪ ਵਿੱਚ ਬਣਦੇ ਅਸਾਰ ਥੋੜੇ ਬਹੁਤ ਬਣੇ ਹੋਏ ਨੇ ਇਸ ਤੋਂ ਬਿਨਾ ਬਾਕੀ ਇਲਾਕੇ ਫਿਲਹਾਲ ਠੀਕ ਠਾਕ ਸਾਫ਼ ਤੇ ਖੁਸ਼ਕੀ ਰਹਿਣਗੇ ਇਹ ਜਿਹੜੇ ਇਲਾਕੇ ਆਪਾਂ ਦੱਸੇ ਨੇ ਪੂਰਬ ਤੇ ਉੱਤਰ ਦੇ ਇਨਾਂ ਵਿੱਚ ਵੀ ਪੈਚੀ ਰੂਪ ਵਿੱਚ ਮੌਸਮੀ ਹਲਚਲ ਥੋੜੀ ਬਹੁਤ ਦੇਖਣ ਨੂੰ ਮਿਲੂਗੀ ਕੋਈ ਬਹੁਤ ਜ਼ਿਆਦਾ ਵੱਡਾ ਭਾਰੀ ਮੀਂਹ ਤਕੜਾ ਲੰਬੇ ਸਮੇਂ ਤੱਕ ਪੈਣ ਦੇ ਅਸਾਰ ਨਹੀਂ ਹਨ ਦਨ ਦਾ ਟੈਂਪਰੇਚਰ ਫਿਲਹਾਲ 33-34 ਡਿਗਰੀ ਦੇ ਆਸ-ਪਾਸ ਰਹੇਗਾ ਵਾਦ ਤੋਂ ਬਾਅਦ ਤੇ ਬਾਕੀ ਦੁਪਹਿਰ ਸ਼ਾਮ ਦੀ ਜੇ ਕੋਈ ਨਵੀਂ ਅਪਡੇਟ ਆਏਗੀ ਤਾਂ ਉਸ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੋ ਜਾਵਾਂਗੇ ਸੋ ਤੱਕ ਲਈ ਚੈਨਲ ਪੰਜਾਬ ਵੈਦਰ ਨਾਲ ਜੁੜੇ ਰਹੋ